ਦੇਖੋ ਮੈਂ ਤਾਂ ਤੁਹਾਨੂੰ ਕੀ ਦੱਸਣਾ, ਇਹ ਤਾਂ ਹੁਣ ਤੁਹਾਡੇ ਕੈਮਰੇ ਦੱਸਦੇ ਨੇ, ਤੁਸੀਂ ਆਪੇ ਹੀ ਕਹਿੰਦੇ ਹੋ ਕਿ ਗਿੱਲ ਹਲਕੇ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੋ ਰਹੇ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਦੇ, ਉਹਨਾਂ ਵਿੱਚ ਮੈਕਸੀਮਮ ਕੱਟ ਹੁੰਦਾ। ਦੂਜੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਿੱਚ ਤਾਂ ਕੋਈ ਬੰਦਾ ਜਾਂਦਾ ਹੀ ਨਹੀਂ। ਇਹ ਇਕੱਠ ਦਾ ਸਬੂਤ ਹੈ ਕਿ ਬਿੱਟੂ ਜੀ, ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਲੋਕਾਂ ਦਾ ਇੰਨਾ ਭਰਵਾਂ ਪਿਆਰ ਮਿਲ ਰਿਹਾ, ਲੋਕ ਇੰਨਾ ਪਿਆਰ ਕਰਦੇ ਨੇ ਬਿੱਟੂ ਜੀ ਨੂੰ, ਕਿ ਇਹ ਕਿਹਾ ਜਾਂਦਾ ਹੈ ਕਿ ਪੂਰੀ ਜਿਹੜੀ ਸਾਡੀ ਲੁਧਿਆਣੇ ਦੀ, ਲੁਧਿਆਣੇ ਦੇ ਸਾਡੇ ਜਿੰਨੇ ਵੀ ਵੋਟਰਸ ਨੇ, ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੇ ਬੱਚੇ, ਸਾਡੇ ਨੌਜਵਾਨ, ਸਾਰਿਆਂ ਨੇ ਇੱਕ ਹੀ ਕਰ ਲਿਆ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ 19 ਮਈ ਨੂੰ ਵੋਟਾਂ ਪਾਉਣੀਆਂ ਨੇ, 23 ਮਈ ਨੂੰ ਰਿਜ਼ਲਟ ਆਉਣਾ। ਤੁਸੀਂ 23 ਮਈ ਨੂੰ ਰਿਜ਼ਲਟ ਦੇਖਿਓ ਕਿ ਬਿੱਟੂ ਜੀ 2 ਲੱਖ ਦੇ ਵੋਟਾਂ ਤੋਂ ਵੱਧ ਵੋਟਾਂ ਦੇ ਨਾਲ ਜਿੱਤਣਗੇ। ਕੱਲ੍ਹ ਕੀ ਲੱਗਦਾ ਕਿ ਬੜੀ ਭਾਰੀ ਗਿਣਤੀ ਵਿੱਚ ਰਾਹੁਲ ਜੀ ਦੀ ਸ਼ਿਰਕਤ ਕਰਨਗੇ ਲੋਕ? ਬਿਲਕੁਲ ਬਿਲਕੁਲ, ਬਹੁਤ ਭਾਰੀ। ਅਸੀਂ 5000 ਬੰਦਾ, 5000 ਸਾਡੇ ਗਿੱਲ ਹਲਕੇ ਤੋਂ ਲੋਕ ਨੇ ਜਿਹੜੇ ਰਾਹੁਲ ਗਾਂਧੀ ਜੀ ਦੀ ਜਿਹੜੀ ਰੈਲੀ ਹੋ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਾ ਰਹੇ ਹਾਂ। ਸਾਰਿਆਂ ਨੂੰ ਬੇਨਤੀ ਆ ਵੀ ਕੱਲ੍ਹ ਖਾਸ ਤੌਰ 'ਤੇ ਦਾਖਾ ਦੁਸਹਿਰਾ ਗਰਾਊਂਡ ਦੇ ਵਿੱਚ ਮੁੱਲਾਂਪੁਰ 12 ਵਜੇ ਰਾਹੁਲ ਗਾਂਧੀ ਜੀ ਪਹੁੰਚ ਰਹੇ ਆ, ਅਤੇ ਮੇਰੀ ਸਾਰੇ ਹੀ ਲੁਧਿਆਣੇ ਦੇ ਵਾਸੀਆਂ ਨੂੰ ਅਪੀਲ ਆ, ਬੇਨਤੀ ਆ ਵੀ ਉਹ 12 ਵਜੇ ਦੇ ਨੂੰ ਵੱਡੀ ਗਿਣਤੀ 'ਚ ਆਪਣੇ ਆਪਣੇ ਜੱਥੇ ਬਣਾ ਕੇ, ਜਿਹੜਾ ਆਉਣ ਵਾਲਾ ਭਵਿੱਖ ਆ, ਆਉਣ ਵਾਲਾ ਪ੍ਰਧਾਨ ਮੰਤਰੀ ਆ ਸਾਡਾ ਦੇਸ਼ ਦਾ, ਉਹਨਾਂ ਦੇ ਵਿਚਾਰ ਸੁਣ ਲਈ ਦਾਣਾ ਮੰਡੀ ਦਾਖਾ ਦੇ ਵਿੱਚ, ਖਾਸ ਤੌਰ ਦੇ ਵਿੱਚ ਮੁੱਲਾਂਪੁਰ ਦਾਖਾ ਦੁਸਹਿਰਾ ਗਰਾਊਂਡ 'ਤੇ ਪਾਰਕਿੰਗ ਆ ਜਿਹੜੀ ਉਹ ਇੱਧਰ ਸ਼ੈੱਡ 'ਚ ਮੰਡੀ ਥੱਲੇ ਹੋਏਗੀ, ਅਤੇ ਮੈਨੂੰ ਆਸ ਆ ਤੁਸੀਂ ਕੱਲ੍ਹ ਨੂੰ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚ ਕੇ ਕਾਂਗਰਸ ਪਾਰਟੀ ਦੇ, ਮੇਰੇ ਅਤੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੋਗੇ। ਮੇਰੀ ਚਰਨਾਂ 'ਚ ਬੇਨਤੀ ਆ ਤੁਹਾਨੂੰ, ਤੁਸੀਂ ਆਪਣੀਆਂ ਆਪਣੀਆਂ ਕਨਵੈਂਸ ਲੈ ਕੇ, ਆਪਣੀਆਂ ਆਪਣੀਆਂ ਗੱਡੀਆਂ, ਕਾਰਾਂ, ਸਕੂਟਰ, ਮੋਟਰਸਾਈਕਲ ਲੈ ਕੇ ਤੁਸੀਂ ਪਹੁੰਚਣਾ ਹੈ, ਅਤੇ ਮੈਂ ਹਮੇਸ਼ਾ ਤੁਹਾਡਾ ਇਸ ਗੱਲ ਦਾ ਕਰਜਈ ਰਹਾਂਗਾ, ਰਿਣੀ ਰਹਾਂਗਾ। ਬ੍ਰੇਕਿੰਗ ਨਿਊਜ਼ ਪੰਜਾਬ ਤੋਂ ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਸਰਬਜੀਤ ਮਨੇਸਰ ਦੀ ਰਿਪੋਰਟ।